ਤੋਦਰ ਸੀਨੀਅਰ ਵਕੀਲ ਤੇ ਹਲਕਾ ਦਾਖਾਤੋਂ ਵਿਧਾਇਕ ਐਚਐਸ ਫੂਲਕਾ ਨੇ ਕਿਹਾ ਕਿ ਨੌਜਵਾਨਾਂ ਦੀ ਮੌਤ ਨਸ਼ਿਆਂ ਨਾਲ ਹੋ ਰਹੀ ਹੈ ਪਰ ਪੁਲਿਸ ਪ੍ਰਸ਼ਾਸਨ ਕੇਸ ਦਰਜ ਕਰਨ ਤੋਂ ਵੀ ਪਾਸਾ ਵੱਟ ਰਿਹਾ ਹੈ ਉਹਨਾਂ ਕਹਿੰਦੇ ਕਿ ਪੰਜਾਬ ਪੁਲਿਸ ਦੀ ਮਿਲੀਭੁਗਤ ਦੇ ਨਾਲ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੈਕਟ ਚੱਲ ਰਿਹਾ ਹੈ ਤੇ ਉਸ ਨੂੰ ਤੋੜਨ 'ਚ ਕਾਮਯਾਬੀ ਨਹੀਂ ਮਿਲ ਰਹੀ। ਇਹ ਖਡਾਰਨ ਵੱਲੋਂ ਡੀਐਸਪੀ ਦਲਜੀਤ ਸਿੰਘ ਢਿੱਲੋਂ ਉੱਤੇ ਪਿਛਲੇ ਦਿਨੀ ਨਸ਼ਿਆਂ ਤੇ ਲਗਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ ਇਸ ਬਾਰੇ ਫੂਲਕਾ ਨੇ ਮੰਗ ਕੀਤੀ ਹੈ ਕਿ ਮੌਤਲ ਕੀਤੇ ਡੀਐਸਪੀ ਵਿਰੁੱਧ ਮਾਮਲਾ ਵੀ ਦਰਜ ਕੀਤਾ ਜਾਵੇ ਸੁਭਾ ਸਰਕਾਰ ਦੇ ਨਾਲ ਨਾਲ ਫੋਲਕਾ ਨੇ ਕੇਂਦਰ ਸਰਕਾਰ ਨੂੰ ਵੀ ਕੇਰਿਆ ਤੇ ਜੀਐਸਟੀ ਦੇ ਫਾਇਦਿਆਂ ਨੂੰ ਕੂੜ ਪ੍ਰਚਾਰ ਦਾ ਨਾਂ ਦਿੱਤਾ ਇਹ ਜੋ ਜੀਐਸਟੀ ਸਰਕਾਰ ਕਹਿ ਰਹੀ ਹੈ ਕਿ ਜੀਐਸਟੀ ਨਾਲ ਇੰਨਾ ਫਾਇਦਾ ਹੋ ਗਿਆ ਜੇ ਸਰਕਾਰ ਦਾ ਇੰਨਾ ਹੀ ਫਾਇਦਾ ਹੋ ਗਿਆ ਜੀਐਸਟੀ ਦੇ ਨਾਲ ਤਾਂ ਕਮ ਸੇ ਕਮ ਕਿਸੇ ਗਰੀਬ ਨੂੰ ਤਾਂ ਕੋਈ ਥੋੜਾ ਭਲਾ ਕਰ ਦੇਣ ਜੋ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਵਧ ਰਹੀਆਂ ਪੈਟਰੋਲ ਦੇ ਉੱਤੇ ਇੰਨਾ ਜ਼ਿਆਦਾ ਟੈਕਸ ਲੱਗਿਆ ਉਹ ਤਾਂ ਕਮ ਸੇ ਕਮ ਟੈਕਸ ਘਟ ਕਰਨਾ ਤੇ ਦੂਜੀ ਗੱਲ ਜੀਐਸਟੀ ਦੇ ਰਾਹੀਂ ਸਰਕਾਰ ਨੇ ਸੈਂਟਰ ਸਰਕਾਰ ਨੇ ਪੂਰਾ ਕਬਜ਼ਾ ਕਰ ਲਿਆ ਆਪਣੇ ਕੰਟਰੋਲ ਵਿੱਚ ਲੈ ਲਿਆ ਜੋ ਸਟੇਟ ਸੀ ਸੂਬੇ ਸੀ ਉਹਨਾਂ ਤਾਂ ਮੰਗਦੇ ਬਿਨਾ ਤਾਂ ਪੰਜਾਬ ਸਰਕਾਰ ਨੇ ਜਦੋਂ ਸਪੋਰਟ ਕੀਤੀ ਸੀ ਜੀਐਸਟੀ ਦੀ ਉਹਦੇ ਵਿਧਾਨ ਸਭਾ ਚ ਅਸੀਂ ਕਿਹਾ ਸੀ ਕਿ ਤੁਸੀਂ ਇਹ ਚੀਜ਼ ਰੈਲਾਈਜ਼ ਨਹੀਂ ਕਰ ਰਹੇ ਕਿ ਕੱਲ੍ਹ ਨੂੰ ਤੁਸੀਂ ਸੈਂਟਰ ਦੇ ਕੋਲੇ ਮੰਗਤੇ ਬਣ ਚੋਗੇ ਜੋ ਤੁਹਾਡਾ ਆਪਣਾ ਰੈਵਨਿਊ ਆ ਰਿਹਾ ਸਰ ਦਾ ਸਾਰਾ ਸੈਂਟਰ ਕੋਲੇ ਜਾਊਗਾ ਉਦੋਂ ਇਹਨਾਂ ਨੇ ਕਿਹਾ ਸੀ ਕਿ ਆਟੋਮੈਟਿਕਲੀ ਸਟੇਟ ਨੂੰ ਕਲੈਕਟ ਹੋ ਜਾਊਗਾ ਪਰ ਕੋਈ ਆਟੋਮੈਟਿਕਲੀ ਨਹੀਂ ਪੰਜਾਬ ਦਾ ਫਰੈਂਸ ਮਿਨਿਸਟਰ ਉਹ ਤੋਂ ਬਾਅਦ ਕਿੰਨੇ ਵਾਰੀ ਕਹਿ ਚੁੱਕਿਆ ਕਿ ਸਾਡਾ ਬੰਦਾ ਹਿੱਸਾ ਸਾਨੂੰ ਨਹੀਂ ਮਿਲ ਰਿਹਾ ਸਟੇਟਾਂ ਨੂੰ ਤੇ ਇਹਨਾਂ ਨੇ ਇੱਕ ਤਰ੍ਹਾਂ ਦੇ ਮੰਗਤੇ ਬਣਾ ਕੇ ਬਿਠਾਤਾ ਤੇ ਜੇਕਰ ਇਹਨਾਂ ਦੀ ਜੀਐਸਟੀ ਇੰਨੀ ਸਕਸੈਸ ਆ ਤਾਂ ਇੱਕ ਆਮ ਨਾਗਰ ਗਰੀਬ ਬੰਦੇ ਨੂੰ ਕਿਆਂ ਨੂੰ ਪਰਤਿਆ ਜਾ ਰਿਹਾ ਨਸ਼ੇ ਵੇਚਣ ਵਾਸਤੇ ਔਰ ਕਈ ਵਾਰੀ ਅਲੀਗੇਸ਼ਨ ਆ ਕੇ ਪੁਲਿਸ ਅਫਸਰ ਖੁਦ ਵੇਚ ਰਹੇ ਆ ਤੇ ਬਾਦ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫੀ ਕੋਈ ਐਕਸ਼ਨ ਨਹੀਂ ਲਿਆ ਕੋਈ ਐਕਸ਼ਨ ਬਲਕੇ ਜਿਨ੍ਹਾਂ ਨੂੰ ਉਹ ਡੀਐਸਪੀ ਨੂੰ ਇਮੀਡੀਏਟਲੀ ਡਿਸਪਸ ਕਰਨਾ ਚਾਹੀਦਾ ਸੀ ਉਹਨੂੰ ਡਿਸਪਸ ਕਰਕੇ ਸਿੰਪਲੀ ਸਸਪੈਂਡ ਕਰਕੇ ਉਹਦੇ ਤੇ ਕ੍ਰਿਮੀਨਲ ਕੇਸ ਵੀ ਚਲਾਏ ਆ ਹੁਣ ਕੱਲ ਵਾਲਾ ਵੀ ਅਫਸਰ ਜਿਹੜਾ ਜਿਹਨੇ ਜਾ ਕੇ ਉੱਥੇ ਦੇਖਿਆ ਸਰਿੰਜਾਂ ਪਈਆਂ ਉਹਨੇ ਸਰਿੰਜਾਂ ਕਬਜ਼ੇ ਚ ਨਹੀਂ ਲਈਆਂ ਕੇਸ ਬੰਦ ਕਰਤਾ ਉਹਦੇ ਤੇ ਵੀ ਕੋਈ ਕੋਈ ਐਕਸ਼ਨ ਨਹੀਂ ਹੋ ਰਿਹਾ ਬਲਕੇ ਇਹ ਨਾ ਐਕਸ਼ਨ ਹੋਣ ਦਾ ਮਤਲਬ ਇਹ ਮਿਲੀ ਭਗਤ